ਮੁੱਲਾਪੁਰ ਦੇ ਇੱਕ ਵੱਡੇ ਬਿਲਡਰ ਨੇ ਕਿਸ ਤਰ੍ਹਾਂ ਦਾ ਘਪਲਾ ਕੀਤਾ, ਇਹਦੀ ਪੂਰੀ ਇਨਵੈਸਟੀਗੇਸ਼ਨ ਤੋਂ ਬਾਅਦ ਇੱਕ ਮਾਮਲਾ ਦਰਜ ਹੋਇਆ। ਸਾਡੇ ਨਾਲ NRI ਨਰੇਸ਼ ਕੌਸ਼ਲ ਜੀ ਨੇ, US ਦੇ ਸਿਟੀਜ਼ਨ ਨੇ। ਨਰੇਸ਼ ਜੀ, ਇਹ ਪੂਰਾ ਮਾਮਲਾ ਕਦੋਂ ਸ਼ੁਰੂ ਹੁੰਦਾ, ਇਹ ਹੋਇਆ ਕੀ ਸੀ? ਮੈਂ ਨਾ ਜੀ ਪਿਛਲੇ ਸਾਲ ਨਾ ਇੱਕ ਫਲੈਟ ਬੁੱਕ ਕਰਾਇਆ ਓਮੈਕਸ 'ਚ। ਪ੍ਰੋਪਰਟੀ ਡੀਲਰ ਨੇ ਕਿਹਾ ਇਹਨਾਂ ਦਾ ਨਵਾਂ ਪ੍ਰੋਜੈਕਟ ਆ ਰਿਹਾ ਗਾਰਡਨੀਆ, ਮੈਂ ਉੱਥੇ ਫਲੈਟ ਬੁੱਕ ਕਰਾਉਣ ਚਲੇ ਗਿਆ। ਜਦ ਗਿਆ ਪੈਸੇ ਦੇ ਤੇ ਸਭ ਕੁਛ ਹੋ ਗਿਆ। ਉਸ ਤੋਂ ਬਾਅਦ ਮੈਂ ਇਹਨਾਂ ਨੂੰ 2 ਕੁ ਮਹੀਨੇ ਬਾਅਦ, ਬਾਰਿਸ਼ਾਂ ਬਹੁਤ ਪਿਛਲੇ ਸਾਲ ਪੈ ਰਹੀਆਂ ਸੀਗੀਆਂ, ਮੈਂ ਇਹਨਾਂ ਨੂੰ ਇਹ ਲੈਟਰ ਲਿਖੀ ਕਿ ਨਾ ਮੈਨੂੰ ਇਹ ਦੱਸ ਦਿਉ ਇਹਨਾਂ ਦੀ ਅਪਰੂਵਲ ਵਗੈਰਾ ਹੈਗੀ ਆ, ਅਤੇ ਕਿ ਇਹਨਾਂ ਕਿਉਂਕਿ ਇਹਨਾਂ ਦਾ ਇੱਕ ਕੇਸ ਚੱਲ ਰਿਹਾ ਸੀ NGT 'ਚ, ਜਿਸ 'ਚ ਇਹ ਦੱਸਿਆ ਗਿਆ ਸੀ ਕਿ ਇਹ ਵਾਟਰ ਪਿੱਟ ਦੇ ਉੱਪਰ ਬਣਿਆ ਹੋਇਆ ਸਾਰਾ ਪ੍ਰੋਜੈਕਟ। ਅਤੇ ਮੈਂ ਇਹਨਾਂ ਨੂੰ ਲੈਟਰ ਲਿਖੀ, ਇਹਨਾਂ ਨੇ 23 ਅਗਸਤ ਨੂੰ 2 ਮਹੀਨੇ ਤੋਂ ਚੁੱਪ ਰਹੇ। 23 ਅਗਸਤ ਨੂੰ ਮੈਨੂੰ ਉਹਦੀ ਨਾ ਇੱਕ ਈਮੇਲ ਆਉਂਦੀ ਹੈ ਕਿ ਇਹ ਰੇਰਾ ਅਪਰੂਵ ਹੈ। ਉਸ ਤੋਂ ਬਾਅਦ ਇਹਨਾਂ ਨੇ ਕੁਛ ਨਹੀਂ ਕਿਹਾ, ਬਸ ਇੰਨੀ ਈਮੇਲ ਆਉਂਦੀ ਹੈ ਰੇਰਾ ਅਪਰੂਵ ਹੈ। ਉਸ ਤੋਂ ਬਾਅਦ ਕੀ ਕੀਤਾ, ਨੈਕਸਟ ਡੇ ਇਹਨਾਂ ਨੇ ਮੇਰਾ ਫਲੈਟ ਚੱਕ ਕੇ ਕੈਂਸਲ ਕਰਤਾ। ਰੀਜ਼ਨ ਕੀ ਦਿੱਤਾ? ਨੋਨ ਪੇਮੈਂਟ। ਠੀਕ ਹੈ, ਇਹਨਾਂ ਨੇ ਮੇਰੇ ਪੁਰਾਣੇ ਐਡਰੈਸ 'ਤੇ ਮੈਨੂੰ ਮੇਲ ਪਾਈ ਗਏ, ਜਿਹੜਾ ਕਿ ਇਹਨਾਂ ਕੋਲ ਮੇਰਾ ਨਵਾਂ ਐਡਰੈਸ ਵੀ ਅਪਡੇਟਿਡ ਸੀਗਾ। ਇਹਨਾਂ ਕੋਲ ਅੱਜ ਕੱਲ੍ਹ ਫੋਨ ਨੰਬਰ ਸੀਗਾ, ਵਟਸਐਪ ਦੇ ਉੱਪਰ ਪਾ ਸਕਦੇ ਸੀਗੇ, ਮੇਰੀ ਈਮੇਲ ਦੇ ਉੱਪਰ ਪਾ ਸਕਦੇ ਸੀਗੇ, ਔਰ ਜਿਹੜੀ ਇਹਨਾਂ ਨੇ ਮੇਲ ਕੀਤੀ ਉਹ ਸਪੀਡ ਪੋਸਟ ਵਾਲਿਆਂ ਨੇ ਸਾਰੀ ਵਾਪਿਸ ਕਰਤੀ। ਠੀਕ ਹੈ, ਮੈਨੂੰ ਇਹਨਾਂ ਨੇ ਦੱਸਿਆ ਨਹੀਂ, ਮੇਰਾ ਚੱਕ ਕੇ ਕੈਂਸਲ ਕਰਤਾ ਔਰ ਕਿਸੇ ਹੋਰ ਨੂੰ ਮੇਰਾ ਫਲੈਟ ਕਿਸੇ ਹੋਰ ਨੂੰ ਵੇਚਤਾ। ਮੈਂ ਬੁੱਕ ਕਰਾਇਆ ਸੀਗਾ 1 ਕਰੋੜ 33 ਲੱਖ ਰੁਪਏ ਦਾ, ਔਰ ਕਿਸੇ ਹੋਰ ਨੂੰ 1 ਕਰੋੜ 62 ਲੱਖ ਰੁਪਏ ਦਾ ਇਹਨਾਂ ਨੇ ਚੱਕ ਕੇ ਵੇਚਤਾ ਐਕਸਟਰਾ ਪ੍ਰੋਫਿਟ ਦੇ ਉੱਪਰ। ਫਿਰ ਮੈਂ ਇਹਨਾਂ ਦੇ ਆਫਿਸ ਦੇ ਗੇੜੇ ਕੱਢੇ, ਮੈਂ ਮਨੋਜ ਸੂਰੀ ਨੂੰ ਮਿਲਿਆ ਜਿਹੜਾ ਕੰਪਲੇਨੈਂਟ ਹੈਗਾ ਵਿੱਚ, ਉਹਨੂੰ ਕਿਹਾ ਕਿ ਮੇਰਾ ਇਹ ਫੈਸਲਾ ਕਰ, ਮੇਰਾ ਦੱਸੋ ਕੀ ਕਰਨਾ, ਮੇਰੇ ਪੈਸੇ ਦੇ ਦਿਉ ਜਾਂ ਕੁਛ ਕਰੋ, ਮੇਰਾ ਯੂਨਿਟ ਦੇ ਦਿਉ। ਹਜੇ ਕਿ ਇਹ ਜਿਹੜਾ ਯੂਨਿਟ ਸੀ ਰਜਿਸਟਰਡ ਤਹਿਸੀਲ 'ਚ ਹੋਇਆ ਹੋਇਆ, ਅਤੇ ਨਹੀਂ ਰਜਿਸਟਰੀ ਨਹੀਂ, ਉਹ ਐਗਰੀਮੈਂਟ ਟੂ ਸੈਲ ਤਹਿਸੀਲ 'ਚ ਰਜਿਸਟਰਡ ਹੈ, ਮੈਂ ਉਹਦੇ ਵੀ ਪੈਸੇ ਪੇ ਕੀਤੇ ਹੋਏ ਸਰਕਾਰ ਨੂੰ, ਅਤੇ ਉਹਨਾਂ ਨੇ ਮੈਨੂੰ ਕੁਛ ਨਹੀਂ ਦੱਸਿਆ। ਫਿਰ ਮੈਂ ਪੁਲਿਸ ਨੂੰ ਕੰਪਲੇਂਟ ਲਿਖੀ, ਪੁਲਿਸ ਨੇ ਥੋੜ੍ਹਾ ਜਿਹਾ ਟਾਈਮ ਲਿੱਤਾ, ਪਰ ਮੈਂ SP ਮੋਹਾਲੀ ਜਿਹੜੇ NRI ਸੈੱਲ ਦੇ ਹੈਗੇ ਉਹਨਾਂ ਦਾ ਵੀ, ਔਰ ਸਿਨਹਾ ਸਾਹਿਬ ਦਾ ਵੀ, AIG ਹੈਗੇ ਆ ਉਹਨਾਂ ਦਾ ਵੀ ਥੈਂਕਸ ਕਰਦਾ ਕਿ ਉਹਨਾਂ ਨੇ ਇਨੀਸ਼ੀਏਟਿਵ ਲਿੱਤਾ, FIR ਕਰਤੀ। ਹੁਣ ਕੱਲ੍ਹ ਤੋਂ ਉਹਨਾਂ ਦਾ ਇੱਕ ਲੀਗਲ ਸੈੱਲ ਦਾ ਪਰਮਜੋਤ ਹੈਗਾ, ਉਹਨਾਂ ਦੇ 5-6 ਵਾਰੀ ਫੋਨ ਆ ਚੁੱਕੇ, ਅਸੀਂ ਫੈਸਲਾ ਕਰ ਲੈਂਦੇ ਹਾਂ। ਫਿਰ ਮੈਂ ਕਿਹਾ ਜੀ ਮੈਨੂੰ ਤਾਂ ਪੈਸੇ ਦੇ ਦਿਉ ਜਾਂ ਮੇਰਾ ਯੂਨਿਟ ਦੇ ਦਿਉ। ਕਹਿੰਦਾ ਜੀ ਠੀਕ ਹੈ ਜੀ, ਮੈਂ ਦੱਸਦਾ। ਅੱਜ 1 ਵਜੇ ਤੱਕ ਦਾ ਟਾਈਮ ਮੰਗਿਆ ਸੀ, ਉਸ ਤੋਂ ਬਾਅਦ ਉਹਨਾਂ ਦਾ ਕੁਛ ਨਹੀਂ ਆਇਆ। ਹੁਣ ਕਹਿੰਦੇ ਜੀ ਹੁਣ ਆਇਆ ਫੋਨ, ਹੁਣ ਕਹਿੰਦੇ ਜੀ 4 ਵਜੇ ਤੱਕ। ਠੀਕ ਹੈ, ਇਹ ਤਾਂ ਇੱਕ ਗੇਮ ਖੇਲ ਰਹੇ, ਮੇਰਾ ਪੈਸਾ ਵੀ ਰੱਖ ਲਿਆ, 60-70 ਲੱਖ ਰੁਪਏ ਦਾ ਨੁਕਸਾਨ ਵੀ ਕਰਤਾ, ਪਿੱਛੇ ਘੁਮਾਈ ਫਿਰਦੇ ਰਹਿੰਦੇ, ਕੀ ਕਰੋਂਗੇ ਇਹਨਾਂ ਦੇ ਨਾਲ? ਤੁਸੀਂ ਵੈਸੇ ਕਿੱਥੇ ਰਹਿੰਦੇ ਹੋ, ਕਿੱਥੇ? ਮੈਂ ਕੈਨੇਡਾ ਦਾ ਸਿਟੀਜ਼ਨ ਔਰ US ਦਾ ਗ੍ਰੀਨ ਕਾਰਡ ਹੋਲਡਰ ਹਾਂ। ਤੁਸੀਂ ਸਪੈਸ਼ਲੀ ਇਸੇ ਕਰਕੇ? ਮੈਂ ਇਸੇ ਕਰਕੇ ਇਹਨਾਂ ਦੇ ਨਾਲ ਧੱਕੇ ਖਾ ਰਹੇ ਹਾਂ ਜੀ। ਇਹ ਤਾਂ ਮੈਂ ਆਪਣੇ ਪੇਰੈਂਟਸ ਦੇ ਲਈ ਪ੍ਰੋਪਰਟੀ ਲੈਣੀ ਸੀਗੀ ਆ, ਦੱਸੋ ਹੁਣ ਬੈਠ ਕੇ ਇਹਨਾਂ ਦੇ ਨਾਲ ਦੇਖੀ ਚੱਲੋ ਗੇੜੇ ਕੱਢੀ ਚੱਲੋ, ਮਤਲਬ ਇਹ ਤਾਂ ਓਬਵੀਅਸਲੀ ਹਰਾਸ ਕਰਨ ਵਾਲੀ, ਇਹ ਤਾਂ ਹਰਾਸ ਕਰਨ ਵਾਲੀ ਗੱਲ ਹੈ। ਔਰ ਮੈਂ ਸੈਕਿੰਡਲੀ NRIs ਨੂੰ ਵੀ ਤੁਹਾਡੇ ਮਾਧਿਅਮ 'ਤੇ ਕਹਾਂਗਾ, ਇੱਥੇ ਇੰਡੀਆ 'ਚ ਪ੍ਰੋਪਰਟੀ ਰੱਖਣੀ, ਪ੍ਰਾਈਵੇਟ ਡਿਵੈਲਪਰ ਦੀ ਕਦੀ ਪ੍ਰੋਪਰਟੀ ਨਾ ਲਓ, ਇਹਦੇ 'ਚ ਕਾਫੀ, ਇਸ 'ਚ ਬਹੁਤ ਦਿੱਕਤ ਆਉਂਦੀ ਹੈ। ਕੋਈ ਇਹਨਾਂ ਦਾ, ਇਹ ਤਾਂ ਵਾਈਟ ਕਾਲਰ ਫਰੋਡ ਕਰਦੇ ਆ, ਕਹਿਣਗੇ ਕੀ ਨਿਕਲੇਗਾ, ਕੀ ਕੁਆਲਿਟੀ ਆਫ ਵਰਕ, ਕੁਛ ਨਹੀਂ ਇਹਨਾਂ ਦਾ ਹੈਗਾ ਜੀ। ਯਾਨੀ ਕਿ ਕਈ ਪ੍ਰੋਬਲਮਸ ਜਿਹੜੀ ਹੈਗੀ ਹੈ ਤੁਹਾਨੂੰ ਫੇਸ ਕਰਨੀ ਪੈ ਰਹੀ ਹੈ, ਔਰ ਐਕਸਪੀਰੀਅੰਸ ਤੁਹਾਡਾ ਕਹਿ ਸਕਦੇ ਹਾਂ ਕਿ ਬੈਡ ਰਿਹਾ? ਮੇਰਾ ਤਾਂ ਐਕਸਪੀਰੀਅੰਸ ਬੈਡ ਹੀ ਹੈ ਜੀ, 1.5 ਸਾਲ ਹੋ ਗਿਆ ਧੱਕੇ ਖਾ ਰਹੇ ਇਹਨਾਂ ਦੇ ਵਿੱਚ, ਨਾ ਪੈਸੇ ਦਿੰਦੇ ਆ, ਨਾ ਅਪਾਰਟਮੈਂਟ ਦਿੰਦੇ ਆ, ਕਦੀ ਕਹਿ ਦਿੰਦੇ ਅਸੀਂ ਕੋਰਟ 'ਚ ਜਾਵਾਂਗੇ, ਕੋਰਟ ਦੇ ਲੀਗਲ, ਉਹ ਮੈਨੂੰ ਉਹਨਾਂ ਦਾ ਇੱਕ ਬੰਦਾ ਸਿੱਧਾ ਹੀ ਕਹਿੰਦਾ
ਕੱਲ ਰਾਤੀ ਉਹਦੇ ਨਾਲ ਮੀਟਿੰਗ 'ਚ ਕਹਿੰਦੇ ਜੀ ਸਾਡੇ ਵੀ ਉੱਪਰ ਤੱਕ ਲਿੰਕਸ ਹੈਗੇ ਆ, ਦੱਸੋ ਕੀ ਕਰੋਗੇ ਤੁਸੀਂ? ਕਾਫੀ ਚੀਜ਼ਾਂ, ਲੇਕਿਨ ਇਹ ਹੈ ਕਿ ਪੰਜਾਬ ਪੁਲਿਸ ਦਾ ਇਨੀਸ਼ੀਏਟਿਵ ਜਿਹੜਾ ਹੈਗਾ ਉਹ ਇਸ ਵਾਰ ਮੈਂ ਦੇਖਿਆ ਪੰਜਾਬ ਪੁਲਿਸ ਨੇ ਅੱਛਾ ਕੰਮ ਕੀਤਾ।